ਬਾਰੇ ਤੇ ਆਪਾਂ ਨੂੰ ਪਤਾ ਨਹੀਂ ਯਾਰ। ਇਹ ਕਾਸ਼ੀ ਬੋਰਡ ਜਾਂਦੀਆਂ ਵੇ ਜਹਾਜ਼ ਵਾਲੀਆਂ। तीन बछिंदे बैठे ने तू ला लिये शकल लागे करके देखो ना देखो वेरी 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 मुझे निकल लगा पर मैं चाहता पता लगू क्या कहना अभी बना एक और ब्रेकफास्ट काशीनाथ रेडी लिस्बन मॉर्निंग एक मिनट इटली वेखन जानी आ चीज तुम इतनी मिलती भी वेखन वेख कलाकारी वेख। अच्छा ये लाइन अंदर जान दी टिकटा लैके अंदर जा रहे ने लोग इतों पता लगता हिस्टरी बारे इन्होंने किनिया किनिया चीजा बनाई टॉप दिया
ਹੈ ਨਾ ਟੌਪ ਦੀ ਚੀਜ਼ ਦੇਖੋ ਮੇਰੇ ਮਗਰੇ ਅਤੇ ਦੱਸੋ ਭਰਾ ਕਿੱਥੇ ਆ ਗਿਆ ਕਿਹੜੇ ਦੇਸ਼ 'ਚ ਬੈਠਾ ਕਮੈਂਟ ਕਰਕੇ ਦੱਸੋ ਸਾਰੇ ਜਣੇ ਕਿ ਭਰਾ ਕਿਹੜੇ ਦੇਸ਼ 'ਚ ਬੈਠਾ ਹਾਂਜੀ ਦੇਖੋ ਹੁਣ ਨਜ਼ਾਰਾ ਇਸ ਦਾ ਦੇਖੋ ਕਦੀ ਅਸੀਂ ਟੀ ਵੀ 'ਚ ਦੇਖਦੇ ਹੁੰਦੇ ਸੀ ਹੈ ਨਾ ਕਿ ਯੂਰੋਪੀਅਨ ਸੰਘ ਦੀ ਮੀਟਿੰਗ ਹੋ ਰਹੀ ਹੈ ਅਤੇ ਹੈ ਨਾ ਸਾਰੇ ਝੰਡੇ ਲੱਗੇ ਹੁੰਦੇ ਸੀ ਅਤੇ ਅੱਜ ਮੈਂ ਤੁਹਾਨੂੰ ਲਾਈਵ ਦਿਖਾਉਂਦਾ ਪੂਰੇ ਝੰਡੇ ਲੱਗੇ ਦੇਖੋ ਜਰਮਨ ਫਰਾਂਸ ਇਟਲੀ ਸਾਈਪਰਸ ਕੈਨੇਡਾ ਹੈ ਨਾ ਆਇਰਲੈਂਡ ਨੋਰਵੇ ਸਵੀਡਨ ਸਾਰੇ ਕੰਟਰੀਆਂ ਲੱਗੀਆਂ ਮੈਂ ਇੰਡੀਆ ਦਾ ਵੀ ਲੱਗਾ ਹੋਣਾ ਅਤੇ ਇੱਥੇ ਪਿੱਛੇ ਉਹਨਾਂ ਦੀ ਮੀਟਿੰਗ ਹੁੰਦੀ ਜੇਕਰ ਯੂਰਪ ਦੀ ਪੂਰੇ ਸੰਘ ਦੀ ਮੀਟਿੰਗ ਹੋਵੇ ਤਾਂ ਇੱਥੇ ਹੋਏਗੀ ਜਿਹੜਾ ਫਲਾਈਓਵਰ ਹੈ ਨਾ ਕਹਿੰਦੇ ਸਭ ਤੋਂ ਵੱਡਾ ਫਲਾਈਓਵਰ ਆ ਵੀ ਕਹਿੰਦੇ 12-13 ਕਿਲੋਮੀਟਰ ਲੰਬਾ ਫਲਾਈਓਵਰ ਆਏਗਾ ਚੀਜ਼ਾਂ ਤਾਂ ਬਹੁਤ ਨੇ ਸੋਹਣਾ ਯਾਰ ਇੱਦਾਂ ਦੀ ਕੋਈ ਗੱਲ ਨਹੀਂ ਆ ਬੜੀਆਂ ਚੀਜ਼ਾਂ ਨੇ ਵੇਖਣ ਵਖਾਉਣ ਨੂੰ ਦੇਖੋ ਚੀਜ਼ਾਂ ਤਾਂ ਬੜੀਆਂ ਨੇ ਅਤੇ ਵੇਖਣ ਵਖਾਉਣ ਨੂੰ ਅਤੇ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਵਿਖਾਈਆਂ ਵੀ ਨੇ ਬਹੁਤ ਸਾਰੀਆਂ ਚੀਜ਼ਾਂ ਹੈ ਨਾ ਲਿਸਬਨ ਦੇ ਵਿੱਚ ਐਰ ਵੀ ਪਿਛਲੀ ਜਿਹੜੀ ਪਹਿਲੀ ਵੀਡੀਓ ਪਾਈ ਸੀ ਉਹਦੇ ਨਾਲੋਂ ਜ਼ਿਆਦਾ ਅਤੇ ਹੁਣ ਆਪਾਂ ਕਰਾਂਗੇ ਨਾ ਇਹ ਵੀਡੀਓ ਨੂੰ ਖਤਮ ਇੱਥੇ ਕਿਉਂਕਿ ਵੀਡੀਓ ਵਾਕਈ 'ਚ ਹੀ ਲੰਬੀ ਹੋ ਗਈ ਹੈ ਅਤੇ ਚੈਨਲ ਨੂੰ ਉਹੀ ਚੀਜ਼ਾਂ ਫਿਰ ਦੁਬਾਰਾ ਲਾਈਕ ਸਬਸਕ੍ਰਾਈਬ ਕਮੈਂਟ ਅਤੇ ਵੱਧ ਤੋਂ ਵੱਧ ਕਰੋ ਲਾਈਕ ਅਤੇ ਵੀਡੀਓ ਨੂੰ ਕਰਾਂਗੇ ਖਤਮ ਫਿਰ ਅਗਲੀ ਵੀਡੀਓ ਫਿਰ ਲਵੀਂ ਨਵੀਂ ਲੈ ਕੇ ਆਵਾਂਗਾ ਫਿਰ ਉਹਨੂੰ ਵੇਖੋ ਅਤੇ ਕਰ ਦਿਓ ਫਿਰ ਲਾਈਕ ਹੈ ਬਾਏ ਬਾਏ